ਮੋਗਾ ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ 1 ਕਿਲੋ 500 ਗ੍ਰਾਮ ਅਫੀਮ ਸਮੇਤ ਦੋ ਦੋਸ਼ੀਆਂ ਨੂੰ ਗੱਡੀ ਸਮੇਤ ਨਾਕਾਬੰਦੀ ਦੌਰਾਨ ਕਾਬੂ ਕੀਤਾ ਹੈ। ਹਾਲਾਂਕਿ ਪਠਾਨਕੋਟ ਹਮਲੇ ਤੋਂ ਬਾਅਦ ਪੂਰੇ ਉੱਤਰ ਭਾਰਤ ਸਮੇਤ ਪੰਜਾਬ 'ਚ ਹਾਈ ਅਲਰਟ ਜਾਰੀ ਹੈ। ਫਿਰ ਵੀ ਦੋਸ਼ੀ ਇਹ ਅਫੀਮ ਉੱਤਰ ਪ੍ਰਦੇਸ਼ ਤੋਂ ਲਿਆ ਕੇ ਪੰਜਾਬ 'ਚ ਦਾਖਲ ਹੋ ਗਏ ਅਤੇ ਮੋਗਾ ਪੁਲਿਸ ਦੇ ਹੱਥੇ ਚੜ ਗਏ। ਪੁਲਿਸ ਨੇ ਇਹਨਾਂ ਖਿਲਾਫ਼ ਮਾਮਲਾ ਦਰਜ ਕਰ ਇਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ, ਜਿੱਥੋਂ ਦੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਪੁਲਿਸ ਵਾ ਕੋਕਰੀ ਕਲਾਂ ਬਾਅਦ ਕੋਕਰੀ ਕਲਾਂ ਉੱਥੋਂ ਨਾਕਾਬੰਦੀ ਕੀਤੀ ਸੀ। ਜਿਹੜੇ ਆਪਣੇ ਸਕਾਰਪੀਓ ਗੱਡੀ 'ਤੇ ਬਲਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਆਏ ਅਤੇ ਇਹਨਾਂ ਨੂੰ ਸਾਰਾ ਕੀਤਾ, ਇਹਨਾਂ ਦੀ ਗੱਡੀ 'ਤੇ ਚੈੱਕ ਕੀਤੀ। ਇਹ ਯੂਪੀ 'ਚੋਂ ਲਿਆਏ ਸੀਗੇ, ਅੱਗੇ ਵੇਚਣ ਬਾਰੇ ਹੈਗੇ, ਇਹਨਾਂ ਨੇ ਗਾਹਕ ਲੱਭ ਰਹੇ ਸੀ। ਇਹਨਾਂ ਦੀ ਇਹ ਕੀਮਤ ਬਾਜ਼ਾਰ ਦੇ ਹਿਸਾਬ ਨਾਲ 2 ਲੱਖ ਦੇ ਕਰੀਬ ਹੈ, ਇਹਨਾਂ ਕੋਲ 1.5 ਕਿਲੋ। ਮੋਗਾ ਤੋਂ ਅਵਤਾਰ ਖੁਰਮੀ ਦੀ ਰਿਪੋਰਟ, 5 ਆਪ ਟੁਡੇ।